ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਕਰਾਂਗੇ, ਸੌਂਦੇ ਵਾਹੋ ਵਾਹੋ ਉੱਚ ਰਹਿ, ਉੱਠਦੇ ਭੀ ਵਾਹੋ ਕਰੇ ਨਾ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ। ਇਸ ਵਾਰ ਛੋਟੇ ਬੱਚਿਆਂ ਲਈ ਅਤੇ ਮੇਰੀਆਂ ਭੈਣਾਂ ਲਈ ਹੈ, ਉਹਨਾਂ ਨੇ ਇੱਥੇ ਤੋਂ ਇਸ ਸ਼ਬਦ ਨੂੰ ਕਰਨਾ ਹੈ। ਇਸ ਵਿੱਚ ਲੱਗਣ ਵਾਲੇ ਸਵਰ ਦੇਖੋ ਜੀ, ਗਾ ਅਤੇ ਨੀ ਕੋਮਲ ਲੱਗਣੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਣੇ ਹਨ। ਸਾਰੇ ਗਾ ਮਾ ਪਾ ਧਾ ਨੀ ਕੋਮਲ ਸਾ ਸਾ ਨੀ ਧਾ ਪਾ ਮਾ ਗਾ ਰੇ ਸਾ। ਕਹਿਰਵੀ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ। ਕਹਿਰਵੀ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਤਬਲੇ ਦਾ ਪੁੜਾ ਵੀ 5ਵੇਂ ਕਾਲੇ ਤੋਂ ਸੁਰ ਕੀਤਾ ਜਾਵੇਗਾ। ਮੈਂ ਸ਼ੁਰੂ ਵਿੱਚ ਸ਼ਬਦ ਗਾਇਨ ਕਰ ਦੇਵਾਂਗਾ, ਸਾਰੇ ਅੰਤਰੇ ਗਾਇਨ ਕਰ ਦੇਵਾਂਗਾ, ਲਾਸਟ ਵਿੱਚ ਜਾ ਕੇ ਮੈਂ ਅਸਥਾਈ ਅਤੇ ਅੰਤਰੇ ਦੀ ਸਲੋ ਸਲੋ ਸਰਗਮ ਵਜਾਵਾਂਗਾ ਅਤੇ ਬਹੁਤ ਹੀ ਸਲੋ ਸਲੋ ਕਰਕੇ ਸ਼ਬਦ ਵੀ ਲਗਾ ਕੇ ਦੱਸਾਂਗਾ। ਤੁਸੀਂ ਲਾਸਟ ਵਿੱਚ ਜਾ ਕੇ ਸ਼ਬਦ ਨੂੰ ਦੇਖ ਕੇ ਕੱਢ ਸਕਦੇ ਹੋ। ਜਿਹੜੇ ਸੁਣ ਕੇ ਕੱਢ ਸਕਦੇ ਹਨ ਉਹ ਸ਼ੁਰੂ 'ਚ ਹੀ ਸੁਣ ਕੇ ਕੱਢ ਲੈਣਗੇ। ਜਿੰਨਾ ਸਾਸ ਗਿਰਾਸ ਨਾ ਵਿਸਰੇ ਸੇ ਪੂਰੇ।
ਪ੍ਰਧਾਨ ਕਰਮੀ ਸਤਿਗੁਰ ਪਾਈ ਹੈ ਅਨ ਦਿਨ ਲੱਗੈ ਧਿਆਨ ਕਰਮੀ ਸਤਿਗੁਰ ਦਿਨ ਲੱਗੇ ਧਿਆਨ ਵਾਹੋ ਵਾਹੋ ਉਚਰੇ ਵਾਹੋ ਵਾਹੋ ਉਚਰੇ ਵਾਹੋ ਵਾਹੋ ਉਚਰੇ ਵਾਹੋ ਵਾਹੋ ਉਚਰੇ ਸਾਂਦੇ ਵਾਹੋ ਵਾਹੋ ਉਚਰੇ ਉੱਠਦੇ ਪਿਵਾਹੋ ਕਰੇ ਕਰਮੀ ਸਤਿਗੁਰ ਪਾਈਐ ਅਨ ਦਿਨ ਲੱਗੈ ਧਿਆਨ ਕਰਮੀ ਸਤਿਗੁਰ ਪਾਈਐ ਅਨ ਦਿਨ ਲੱਗੈ ਧਿਆਨ ਤਿੰਨ ਕੀ ਸੰਗਤ ਮਿਲ ਰਹਾ ਦਰਗਹ ਪਾਈ ਮਾਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲਿਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲਿਨ ਵਾਹੋ ਵਾਹੋ ਉਚਰੇ ਵਾਹੋ ਵਾਹੋ ਉਚਰੇ ਵਾਹੋ ਵਾਹੋ ਉਚਰੇ ਸੌਂਦੇ ਵਾਹ ਵਾਹ ਉੱਚ ਰਹੇ
ਸੰਪੂਰਨ ਗਾਇਨ ਕਰ ਦਿੱਤਾ ਹੈ। ਸਾਰੇ ਅੰਤਰੇ ਲਗਾ ਕੇ ਦੱਸ ਦਿੱਤੇ ਗਏ ਹਨ। ਹੁਣ ਅਸਥਾਈ ਅਤੇ ਅੰਤਰੇ ਦੀ ਸਰਗਮ ਦੇਖੋ ਜੀ। ਸਰਗਮ ਦੇਖੋ ਸਾ ਸਾ ਗਾ 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 ਕੋਮਲ ਸਾ ਸਾ ਗਾ ਗਾ ਸਾਰੇ ਸਾ ਨੀ ਸਾਰੇ ਰੇ 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 ਮਾ ਗਾ ਗਾ ਰੇ ਰੇ ਸਾ 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 ਸਾ। ਸ਼ਬਦ ਦੇਖੋ ਸੌਂਦੇ ਵਾਹੋ ਵਾਹੋ ਉੱਚ ਰਹਿ ਉੱਠਦੇ ਪੀ ਵਾਹੋ ਕਰੇਨ। ਸਲੋ ਦੇਖੋ ਕੋਈ ਫਿਰ ਸੌਂਦੇ ਸੌਂਦੇ ਵਾਹੋ ਵਾਹੋ ਉੱਚ ਰਹਿ ਉੱਠਦੇ ਪੀ ਵਾਹੋ ਕਰੇਨ। ਨੈਕਸਟ ਲਾਈਨ ਵਾਹੋ ਵਾਹੋ ਉੱਚ ਰਹਿ ਵਾਹੋ ਵਾਹੋ ਉੱਚ ਰਹਿ। ਸਰਗਮ ਦੇਖੋ ਪਾਪਾ ਮਾ ਗਾ ਮਾਮਾ ਗਾ ਰੇ ਮਾ ਗਾ ਰੇ ਰੇ ਸਾ 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 ਸਾ। ਸ਼ਬਦ ਵਾਹੋ ਵਾਹੋ ਉੱਚ ਰਹਿ ਵਾਹੋ ਵਾਹੋ ਉੱਚ ਰਹਿ। ਸੌਂ ਨਾਲ ਹੀ ਸੌਂਦੇ ਆਉਣਾ ਹੈ ਸੌਂਦੇ ਵਾਹੋ ਵਾਹੋ ਉੱਚ ਰਹਿ। ਹੁਣ ਆਹ ਪੀਸ ਦੇਖੋ ਪਾਣੀ ਸਾਰੇ ਪਾਣੀ ਸਾਰੇ ਇਹ ਤੇਜ਼ ਵਜਾਉਣਾ ਹੈ ਤੁਸੀਂ ਠੀਕ ਹੈ। ਪਾਣੀ ਸਾਰੇ ਸੌਂਦੇ ਵਾਹੋ ਵਾਹੋ ਉੱਚ ਰਹਿ ਪਾਣੀ ਸਾਰੇ ਠੀਕ ਹੈ। ਸਰਗਮ ਵਜਾਉਣੀ ਸਿਰਫ ਉੱਠਦੇ ਪੀ ਵਾਹੋ ਕਰੇ ਨਾ। ਇਹ ਹੈ ਸ਼ਬਦ ਦੀ ਅਸਥਾਈ। ਹੁਣ ਆਪਾਂ ਕਰਾਂਗੇ ਅੰਤਰਾ। ਕਿਆ ਸਵਣਾ ਕਿਆ ਜਾਗਣਾ ਇੰਨੇ ਦੀ ਸਰਗਮ ਦੇਖੋ ਪਾ ਧਾ ਪਾ ਗਾ ਰੇ ਸਾ ਰੇ ਗਾ ਪਾ। ਸ਼ਬਦ ਕਿਆ ਸਵਣਾ ਕਿਆ ਜਾਗਣਾ। ਨੈਕਸਟ ਲਾਈਨ ਗੁਰਮੁਖ ਤੇ ਪਰਵਾਨ। ਸਰਗਮ ਧਾ 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 ਸਾਨੀ ਧਾ ਪਾ ਧਾ ਧਾ ਪਾ 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 ਪਾ। ਸ਼ਬਦ ਗੁਰਮੁਖ ਤੇ ਪਰ ਵਾਣ। ਫਿਰ ਦੇਖੋ ਗੁਰਮੁਖ ਤੇ ਪਰ ਵਾਣ। ਨੈਕਸਟ ਲਾਈਨ ਸੇਮ ਸਰਗਮ ਇਹੀ ਸਰਗਮ ਤੇ ਸਾਰੇ ਅੰਤਰੇ ਆਣੇ ਹਨ। ਜਿੰਨਾ ਪਹਿਲਾਂ ਬੋਲਣਾ ਹੈ ਜਿੱਦਾਂ ਕਿ ਗੁਰਮੁਖ ਤੇ ਪਰ ਵਾਣ ਜਿੰਨਾ ਸਾ
ਠੀਕ ਹੈ ਜੀ। ਜਿੰਨਾ ਸਾਸ ਗਿਰਾ ਸਨਾ ਵਿਸਰੈ ਸੇ ਪੂਰੇ ਪੁਰਖ ਪਰ ਧਾਨ। ਇਹ ਪਹਿਲਾ ਅੰਤਰਾ, ਦੂਸਰਾ ਅੰਤਰਾ ਵੀ ਦੇਖੋ। ਕਰਮੀ ਸਤ ਗੁਰ ਪਾਈਐ ਅਨ ਦਿਨ ਲੱਗੈ ਹੈ ਧਿਆਨ। ਨੈਕਸਟ ਲਾਈਨ, ਤਿੰਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ। ਲਾਸਟ ਅੰਤਰੀ ਦੀ ਬੋਲ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮ ਮਾਲੇਨ। ਫਿਰ ਦੇਖੋ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮ ਮਾਲੇਨ। ਫਿਰ ਨਾਲ ਹੀ ਵਾਹੋ ਵਾਹੋ ਉਜਲੇ, ਇੱਕ ਲਾਈਨ ਤੁਸੀਂ ਬੋਲਣੀ ਹੈ, ਇੱਕ ਸੰਗਤ ਨੇ ਬੋਲਣੀ ਹੈ, ਠੀਕ ਹੈ ਜੀ। ਇਹ ਸ਼ਬਦ ਸੰਗਤ ਵਿੱਚ ਬੋਲਣ ਵਾਲਾ ਹੈ। ਵਾਹੋ ਵਾਹੋ ਉੱਚਰੈ, ਵਾਹੋ ਵਾਹੋ ਉੱਚਰੈ ਸੌਂਦੇ, ਵਾਹੋ ਵਾਹੋ ਉੱਚਰੈ ਉੱਠਦੇ ਸ਼ਬਦ ਸੰਪੂਰਨ ਗਾਇਨ ਕਰ ਦਿੱਤਾ ਗਿਆ ਹੈ। ਸਾਰੇ ਅੰਤਰਿਆਂ ਨੂੰ ਸਰਗਮ 'ਤੇ ਸਲੋ ਲਗਾ ਕੇ ਗਾਇਨ ਕਰਕੇ ਵੀ ਦੱਸਿਆ ਗਿਆ ਹੈ। ਆਪ ਸਾਰਿਆਂ ਨੇ ਇਸ ਸ਼ਬਦ ਨੂੰ ਦੁਬਾਰਾ ਸੁਣ ਕੇ ਕੱਢ ਲੈਣਾ ਹੈ ਜੀ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ, ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ। ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।